doctor, Tolio, just breathe. Just breathe, need help. Just breathe. 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 Just ਸਤਿ ਸ਼੍ਰੀ ਅਕਾਲ ਜੀ, ਨਿਊਜ਼ਲੈਂਡ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਆਮ ਤੌਰ ਤੇ ਪੰਜਾਬੀ ਸਿੰਗਰ ਆਪਣੇ ਹਿੱਟਰਸ ਤੋਂ ਪਰੇਸ਼ਾਨ ਰਹਿੰਦੇ ਹਨ। ਕੁਝ ਦਿਨ ਪਹਿਲਾਂ ਮਸ਼ਹੂਰ ਗਾਣੇ ਗੁੰਡੇ ਦੀ ਮਾਡਲ ਸਾਰਾ ਗੁਰਪਾਲ ਨੂੰ ਗਲਤ ਬੋਲ ਕੇ ਕਿਸੇ ਹਿੱਟਰ ਨੇ ਪਰੇਸ਼ਾਨ ਕੀਤਾ ਸੀ, ਜਿਸ ਤੋਂ ਬਾਅਦ ਸਾਰਾ ਨੇ ਆਪਣੇ ਹਿੱਟਰਸ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਅਤੇ ਉਸ ਤੋਂ ਬਾਅਦ ਉਸਨੇ ਪੁਲਿਸ ਕੰਪਲੇਂਟ ਦੀ ਵੀ ਧਮਕੀ ਦਿੱਤੀ ਸੀ। ਇਹੋ ਜਿਹਾ ਹੀ ਕੁਝ ਹੋਇਆ ਹੈ ਗੁੰਡੇ ਗਾਣੇ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਨਾਲ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਸਕਰੀਨ ਤੇ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ। ਆਓ ਦੇਖਦੇ ਹਾਂ ਕੀ ਹੈ ਸਾਰੀ ਕਹਾਣੀ। ਜਰਾਸਲ ਬੀਤੇ ਦਿਨੀ ਕਿਸੇ ਸ਼ੋਅ ਦੌਰਾਨ ਦਿਲਪ੍ਰੀਤ ਸੰਗਰੂਰ ਆਏ ਹੋਏ ਸਨ, ਜਿੱਥੇ ਲੋਕਾਂ ਵੱਲੋਂ ਉਹਨਾਂ ਦੀ ਕਾਰ ਤੇ ਹਮਲਾ ਕਰ ਉਹਨਾਂ ਦੀ ਕਾਰ ਦਾ ਕਾਫੀ ਨੁਕਸਾਨ ਕੀਤਾ ਗਿਆ ਅਤੇ ਉਹਨਾਂ ਦਾ ਕਾਫੀ ਸਮਾਨ ਵੀ ਚੋਰੀ ਕਰ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਸੰਗਰੂਰ ਦੇ ਲੋਕਾਂ ਨੂੰ ਕਿਹਾ ਕਿ ਮੈਂ ਪਹਿਲੀ ਵਾਰੀ ਸੰਗਰੂਰ ਆਇਆ ਸੀ ਤੇ ਪਹਿਲੀ ਵਾਰੀ ਮੇਰੇ ਨਾਲ ਇੰਨਾ ਮਾੜਾ ਹੋਇਆ, ਸ਼ਾਇਦ ਮੈਂ ਇਸ ਤੋਂ ਬਾਅਦ ਸੰਗਰੂਰ ਨਾ ਹੀ ਆਵਾਂ। ਅਤੇ ਦਿਲਪ੍ਰੀਤ ਨੇ ਇਹ ਵੀ ਕਿਹਾ ਕਿ ਸੰਗਰੂਰ ਵਾਲਿਆਂ ਲਈ ਕਿਸੇ ਨੇ ਗੱਲ ਸੱਚ ਹੀ ਕਹੀ ਹੈ, ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਗਾਣੇ ਸ਼ੁਰੂ ਕਰਨ ਤੋਂ ਪਹਿਲਾਂ ਸ਼ੇਅਰ ਕਰਨੀ ਚਾਹੁੰਦਾ ਵੀ ਸੰਗਰੂਰ ਚ ਪਹਿਲੀ ਵਾਰ ਆਇਆ ਸੀ, ਅੱਜ ਪਹਿਲੀ ਵਾਰ ਆਇਆ ਪ੍ਰੋਗਰਾਮ ਲਾਉਣ, ਪਹਿਲੇ ਹੀ ਐਕਸਪੀਰੀਅੰਸ ਮਾੜਾ ਰਿਹਾ। ਸਾਡਾ ਕੋਈ ਗੱਡੀ ਦਾ ਸ਼ੀਸ਼ਾ ਭਰ ਕੇ ਸਮਾਨ ਸਾਰਾ ਕੱਢ ਕੇ ਲੈ ਗਿਆ, ਇਹ ਗੱਲ ਮਾੜੀ ਹੈ, ਇਹ ਸੰਗਰੂਰ ਵਾਲਿਆਂ ਲਈ ਮਾੜੀ ਗੱਲ। ਇੱਕ ਵਾਰ ਆਪਣੇ ਸੰਗਰੂਰ ਦੇ ਨਾਂ ਤੇ ਤਾੜੀ ਮਾਰ ਦਿਓ ਜੀ, ਕਰਾਂ ਸਾਰੇ ਜਾਣੇ। ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਗੱਲ ਮਾੜੀ, ਜਿਹਨੇ ਵੀ ਕੰਮ ਕੀਤਾ ਗਲਤ ਕੀਤਾ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਹੈ ਜੀ। ਵੀਰੇ ਮੈਂ ਰਿਸਪੈਕਟ ਕਰਦਾ, ਬਟ ਮੇਰੀ ਸ਼ੇਅਰ ਕਰਨਾ ਮੇਰਾ ਫਰਜ਼ ਸੀਗਾ, ਹੈ ਨਾ, ਬਟ ਗਲਤ ਗੱਲ ਹੈ ਨਾ। ਨਾਮ ਏਰੀਏ ਦਾ ਜੁੜਦਾ ਬੰਦਾ ਇੱਕ ਕੰਮ ਕਰਦਾ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਸਿੰਗਰ ਨਾਲ ਸਾਡਾ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਠੀਕ ਹੈ ਜਾਂ ਨਹੀਂ? ਆਪਣੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਗੱਲ ਵਿੱਚ ਕਿੰਨੀ ਕੁ ਸੱਚਾਈ ਲੱਗਦੀ ਹੈ। ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਵਧੀਆ ਲੱਗੀ ਤਾਂ ਇਸ ਨੂੰ ਡਿਸਲਾਈਕ ਕਰ ਦਿਓ। ਇਸ ਦੇ ਨਾਲ ਹੀ ਇਜਾਜ਼ਤ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।